ਸਾਡੇ ਵਾਸ਼ਰੂਮ ਦਾ ਜਿੰਨਾ ਵੀ ਸਮਾਨ ਹੈ ਨਾ ਉਹ ਸਾਡਾ ਆ ਚੁੱਕਿਆ, ਤੁਹਾਨੂੰ ਦਿਖਾਉਂਦੇ ਹਾਂ ਅਸੀਂ। ਹਾਂ, ਰੇਤ ਵੀ ਕੁਛ ਪਈ ਹੈ ਬਾਹਰ ਹੀ, ਅਤੇ ਆਹ ਦੇਖੋ ਨਾ ਸੀਮੈਂਟ ਵਗੈਰਾ, ਅਤੇ ਆਹ ਲੈਟਰੀਨ, ਅਤੇ ਬਕਾਇਆ ਸਾਰਾ ਸਮਾਨ ਟੋਟਲ, ਬਜਰੀ ਵਗੈਰਾ ਵੀ। ਪੂਰੇ ਜਿਹੜੇ ਨੇ ਉਹ ਸਮਾਨ ਅੰਦਰ ਲੈ ਕੇ ਆ ਰਹੇ ਨੇ, ਕਿਉਂਕਿ ਮੇਰੇ ਤਾਂ ਛਾਲੇ ਵਗੈਰਾ ਜਿਹੜੇ ਬਣ ਗਏ ਨੇ ਹੱਥਾਂ ਦੇ ਵਿੱਚ, ਇਹਨਾਂ ਦੀ ਵਜ੍ਹਾ ਤੋਂ ਇਹਨਾਂ ਕੰਮ ਬਹੁਤ ਕੰਮ ਹੋ ਰਿਹਾ। ਵੈਸੇ ਕਰੀ ਦਾ ਹੈ, ਲੇਕਿਨ ਇਹ ਜੋ ਭਾਰੀ ਚੀਜ਼ਾਂ ਨੇ ਨਾ ਇਹ ਨਹੀਂ ਚੁੱਕੀਆਂ ਜਾਂਦੀਆਂ, ਅਤੇ ਇੱਟਾਂ ਵਗੈਰਾ ਮੈਂ ਸਾਫ਼ ਕਰ ਰਿਹਾ, ਅਤੇ ਧੁੱਪ ਇੱਥੇ ਵੀ ਕਾਫ਼ੀ ਜ਼ਿਆਦਾ, ਕੋਈ ਛਾਂ ਵੀ ਨਹੀਂ ਹੈ। ਵਾਸ਼ਰੂਮ ਬਣ ਰਿਹਾ, ਦਰਾਵਲ ਬਹੁਤ ਜ਼ਿਆਦਾ ਖੁਸ਼ ਹੋ ਰਿਹਾ, ਕਿਉਂਕਿ ਪਹਿਲੇ ਵਾਲਾ ਵਾਸ਼ਰੂਮ ਤੋਂ ਵੇਖੋ ਕਿਸ ਤਰ੍ਹਾਂ ਸੀ। ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਹੈ, ਜੋ ਕਿ ਅੱਲਾਹ ਤਾਲਾ ਨੇ ਨਾ ਸਾਡੀ ਇਹ ਸੁਣੀ ਹੈ, ਅਤੇ ਅੱਜ ਸਾਡਾ ਵਾਸ਼ਰੂਮ ਅੰਮੀ ਜੁੱਤੀ ਦਾ ਪਾ ਲਓ, ਜ਼ਮੀਨ ਥੋੜ੍ਹੀ ਗਰਮ ਹੈ। ਜੁੱਤੀ ਤੁਸੀਂ ਲੈ ਲੈਣੀ ਸੀ ਜੁੱਤੀ, ਅਗਰ ਨਹੀਂ ਹੈ ਪਾਈਪ ਕਾਫੀ ਵੱਡਾ ਮੈਨੂੰ ਲੱਗ ਰਿਹਾ। ਦੇਖੋ ਰਾਵਲ ਸਾਹਿਬ ਵੀ ਸਮਾਨ ਚੁੱਕ ਕੇ ਲੈ ਕੇ ਆ ਰਹੇ ਨੇ, ਅਤੇ ਮਾਮੂ ਜਿਹੜਾ ਹੈ ਨਾ ਉਹ ਦੇਖ ਰਿਹਾ ਨਵਾਂ ਘਰ ਨਹੀਂ ਨਵਾਂ ਵਾਸ਼ਰੂਮ ਬਣਿਆ। ਰਾਵਲ ਸਾਹਿਬ ਤਾਂ ਬਹੁਤ ਜ਼ਿਆਦਾ ਹੀ ਖੁਸ਼ ਨੇ। ਬਕਾਇਆ ਬਾਹਰ ਸਿਰਫ ਬਜਰੀ ਵਗੈਰਾ ਤੇ ਐਸਾ ਸਮਾਨ ਰਹਿ ਗਿਆ, ਪੰਨਾ ਵਗੈਰਾ ਇਹ ਪਾ ਛੱਡੋ ਨਾ ਕਿਸੇ ਚੀਜ਼। ਸ਼ਾਮ ਹੋ ਗਈ, ਮਸਲਾਂ ਨਾ ਸਰ ਦਾ ਟਾਈਮ ਹੋ ਗਿਆ, ਅਤੇ ਚਾਰ ਪਾਈਆਂ ਵਗੈਰਾ ਜੋ ਨੇ ਉਹ ਵੀ ਕੱਢ ਦਿੱਤੀਆਂ ਨੇ, ਸੀਮਿੰਟ ਵਗੈਰਾ ਸਭ ਕੁਛ ਬਾਕੀ ਨਾ ਘਰ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਗੰਦ ਬਣ ਗਿਆ, ਅਤੇ ਬਿਲਾਵਲ ਦੇ ਅੱਬੂ ਜੋ ਨੇ ਨਾ ਉਹ ਮੱਝਾਂ ਵਾਸਤੇ ਚਾਰਾ ਵਗੈਰਾ ਅਤੇ ਮੱਝ ਵਾਸਤੇ ਆਏ, ਕੋਈ ਨਹੀਂ ਮੱਝਾਂ ਕੀ ਨੇ ਇੱਕ ਮਾਝੀ ਹੈ ਉਹ ਵੀ ਕਿਸੇ ਦੇ ਨਾਲ ਸਾਂਝੀ, ਕਦੇ ਅੱਲਾਹ ਤਾਲਾ ਆਪਣੀਆਂ ਵੀ ਦੇਵੇਗਾ। ਬਾਕੀ ਚਾਰਾ ਜੋ ਹੈ ਨਾ ਉਹ ਹੈ ਨਹੀਂ, ਅਤੇ ਬਣਾ ਰਹੇ ਨੇ ਗੋਤ ਬਣਾ ਰਹੇ ਹੋ ਨਾ ਥੋੜ੍ਹੀ ਦਿੱਤੇ ਆਟਾ ਸੱਟਾ। ਹਾਂਜੀ, ਅਤੇ ਗੋਤ ਬਣਾਉਣ ਦਾ ਵੀ ਬਹਿਣ ਭਾਈਆਂ ਨੂੰ ਤਰੀਕਾ ਦੱਸਣੇ ਆ। ਬਾਕੀ ਮਾਸ਼ਾਅੱਲਾ ਸਾਡਾ ਕੰਮ ਜੋ ਹੈ ਨਾ ਉਹ ਕਾਫੀ ਮਸਲਾਂ ਕਿ ਸੈੱਟ ਹੋ ਚੁੱਕਿਆ, ਕਿਉਂਕਿ ਰੇਤ ਜੋ ਹੈ ਉਹ ਵੀ ਆ ਚੁੱਕੀ ਹੈ, ਅਤੇ ਜੋ ਟੈਲਾਂ ਨੇ ਉਹ ਵੀ ਆ ਗਈਆਂ ਨੇ, ਅਤੇ ਬਾਕੀ ਉਹ ਜੋ ਇੱਟਾਂ ਨੇ ਨਾ ਉਹ ਵੀ ਆ ਚੁੱਕੀਆਂ ਨੇ, ਅਤੇ ਬਿਲਾਵਲ ਦੇ ਅੱਬੂ ਜੋ ਨੇ ਦੇਖੋ ਥੋੜ੍ਹਾ ਜਿਹਾ ਆਟਾ ਉੱਤੇ ਪਾ ਕੇ ਨਾ ਅਤੇ ਗੋਤ ਬਣਾ ਰਹੇ ਨੇ, ਅਤੇ ਮਾਸ਼ਾਅੱਲਾ ਹੁਣ ਉਹਨੂੰ ਮਿਲਾਉਣਾ ਸ਼ੁਰੂ ਕਰ ਦਿੱਤਾ ਹੈ, ਆਟਾ ਵਿੱਚ ਪਾ ਕੇ ਅਤੇ ਮਿਲਾਉਣਾ ਸ਼ੁਰੂ ਕਰ ਦਿੱਤਾ ਹੈ, ਅਤੇ ਇਸੇ ਤਰ੍ਹਾਂ ਸਾਰੀ ਮਿਲਾ ਕੇ ਨਾ ਅਤੇ ਜਾ ਕੇ ਅਤੇ ਪਾ ਦੇਣਗੇ, ਅਤੇ
ਕੋਈ ਘਾਹ ਵਗੈਰਾ ਬਣਾ ਲੈਣਾ ਸੀ ਥੋੜਾ ਬਹੁਤਾ। ਹਾਂਜੀ ਬਾਕੀ ਦੇਖੋ, ਹਾਂਜੀ ਬਾਕੀ ਨਾ ਕੋਈ ਮਿਸਤਰੀ ਬਾਈ ਨੂੰ ਆਖ ਕੇ ਨਾ ਤੇ ਥੋੜਾ ਜਿਹਾ ਛੇਤੀ ਕਰਵਾਓ। ਵੇਖੋ ਕਿੰਨਾ ਈਦ ਵੀ ਪਰਸੋ ਏ, ਬੱਚਿਆਂ ਦਾ ਕੱਪੜਾ ਲੀੜਾ ਵੀ ਨਹੀਂ ਲਿਆ ਗਿਆ ਤੇ ਕੋਈ ਕੁਰਬਾਨੀ ਦੇ ਵਿੱਚ ਵੀ ਹਿੱਸਾ ਨਹੀਂ ਹੁੰਦਾ। ਤੇ ਬਾਕੀ ਜੇ ਗੰਦ ਵੀ ਘਰ ਦੇ ਵਿੱਚ ਉਸੇ ਤਰ੍ਹਾਂ ਪਿਆ ਹੋਵੇ ਤਾਂ ਬੱਚਿਆਂ ਦਾ ਤੇ ਦਿਲ ਬਿਲਕੁਲ ਹੀ ਟੁੱਟ ਜਾਏਗਾ। ਬਾਕੀ ਅੱਜ ਮੇਰੇ ਬੱਚੇ ਮਾਸ਼ਾਅੱਲਾ ਬਹੁਤ ਖੁਸ਼ ਨੇ, ਕਿਉਂਕਿ ਨਾ ਉਹਨਾਂ ਦਾ ਵਾਸ਼ਰੂਮ ਜੋ ਹੈ ਨਾ ਉਹ ਬਣ ਰਿਹਾ। ਅੱਲਾਹ ਤਾਲਾ ਨੇ ਹਿੰਮਤ ਦਿੱਤੀ ਹੈ ਅਤੇ ਮੇਰੇ ਬਾਈ ਨੇ ਸਾਡੇ ਵਾਸਤੇ ਇਹ ਕਰ ਦਿੱਤਾ ਹੈ ਕਿ ਇੱਟਾਂ ਅਤੇ ਰੇਤਾ ਵਗੈਰਾ ਜੋ ਇਹਨਾਂ ਦਾ ਸੀਮਿੰਟ ਵਾਸ਼ਰੂਮ ਦਾ ਮਸਲਾ ਕਿ ਸਮਾਨ ਦੇ ਦਿੱਤਾ ਹੈ ਸਾਡੇ ਵਾਸਤੇ, ਇਹ ਵੀ ਕਾਫੀ ਹੈ। ਬਹੁਤ ਬਹੁਤ ਮੇਰੇ ਬਾਈ ਦੀ ਮਿਹਰਬਾਨੀ ਹੈ ਜਿਹਨੇ ਸਾਨੂੰ ਇਹ ਸਾਰਾ ਸਮਾਨ ਦਿੱਤਾ ਹੈ ਅਤੇ ਅਸੀਂ ਵਾਸ਼ਰੂਮ ਬਣਾਉਣਾ ਹੈ। ਬਾਕੀ ਈਦ ਦੇ ਕੱਪੜੇ ਵਗੈਰਾ ਅਤੇ ਬੱਚਿਆਂ ਦੇ ਨਾ ਵੀ ਹੋਏ ਤਾਂ ਚੱਲ ਗੁਜ਼ਾਰਾ ਚੱਲ ਹੀ ਜਾਏਗਾ। ਬਾਕੀ ਅਲਹਮਦੁਲਿਲਾ ਟੈਲਾਂ ਜੋ ਨੇ ਨਾ ਉਹ ਬਿਲਾਵਲ ਨੇ ਅੰਦਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਅਤੇ ਆ ਦੋ ਟੈਲਾਂ 'ਤੇ ਬੱਚਿਆਂ ਨੇ ਤੋੜ ਵੀ ਦਿੱਤੀਆਂ ਨੇ। ਬੇਟਾ ਇੱਥੇ ਬੱਚੇ ਨੁਕਸਾਨ ਬਹੁਤ ਕਰਦੇ ਨੇ। ਬਾਕੀ ਉਹ ਬਜਰੀ ਵੀ ਆਪਣੀ ਨਾ ਰਾਹ 'ਤੇ ਹੀ ਪਈ ਹੋਈ ਹੈ, ਇਹਨੂੰ ਥੋੜ੍ਹਾ ਜਿਹਾ ਨਾ ਛੇਤੀ ਕਰਕੇ ਅਤੇ ਅੰਦਰ ਕਰ ਲਓ। ਥੋੜ੍ਹੀਆਂ ਲੈ ਕੇ ਆ ਬੇਟਾ, ਟੁੱਟ ਨਾ ਜਾਣ, ਥੋੜ੍ਹੀਆਂ ਲੈ ਕੇ ਆ, ਟੁੱਟ ਜਾਣੀਆਂ ਨਹੀਂ। ਬਿਸਮਿਲ੍ਲਾ ਬਾਕੀ ਹਾਂ ਦੇਖੋ ਕੁਛ ਨਾ ਇੱਧਰ ਉਹ ਨਾ ਪੁਰਾਣੀਆਂ ਸੀ, ਚੱਲ ਛੱਡੋ ਤੁਸੀਂ ਉਹਨਾਂ ਨੂੰ, ਇੱਥੇ ਉੱਤੇ ਹੀ ਮਿੱਟੀ ਦੇ ਨਾ ਸੰਭਾਲ ਸੰਭਾਲ ਕੇ ਰੱਖੀ ਜਾਓ ਜਾ ਕੇ ਤਾਂ ਕਿ ਨਾ ਟੁੱਟਣ ਨਾ। ਹਾਂਜੀ ਤੁਸੀਂ ਨਾ ਟੈਲਾਂ ਅੱਗੇ ਕਰ ਦਿਓ ਨਾ ਤਾਂ ਕਿ ਰੱਖਣ ਲੱਗਿਆਂ ਕੋਈ ਪਰੇਸ਼ਾਨੀ ਨਾ ਬਣੇ ਟੁੱਟਣ ਨਾ। ਆ ਟੈਲਾਂ ਜੋ ਨੇ ਨਾ ਇਹ ਇੱਧਰ ਇੱਧਰ ਕਰ ਦਿਓ ਉੱਤੇ ਤਾਂ ਕਿ ਰੱਖਣ ਲੱਗਿਆਂ ਕੋਈ ਮੁਸ਼ਕਲ ਨਾ ਬਣੇ। ਇਹ ਤਾਂ ਫਿਰ ਇਸੇ ਤਰ੍ਹਾਂ ਉਹ ਆਉਂਦੇ ਨੇ ਕਿ ਨਾ ਔਖ ਨਾਲ ਸੌਖ ਹੁੰਦੀ ਹੈ। ਬਾਕੀ ਚਾਹ ਵਗੈਰਾ ਬਣਾ ਦੇਈਏ ਕਿਉਂਕਿ ਥੱਕੇ ਹੋ ਗਏ ਸਾਰਾ ਦਿਨ ਕੰਮ ਕਰਦਿਆਂ ਕਰਦਿਆਂ, ਕਿਉਂਕਿ ਬਾਹਰ ਦਾ। ਹਾਂਜੀ ਹਾਂਜੀ ਕੋਈ ਚਾਹ ਵਗੈਰਾ ਬਣਾ ਦਿੰਦੇ ਹਾਂ ਤੁਹਾਨੂੰ ਅਤੇ ਬਾਕੀ ਸਬਜ਼ੀ ਵਗੈਰਾ ਦਾ ਕੋਈ ਸਬਜ਼ੀ ਰਹਿਣ ਦੋ ਪਰਾਂ। ਬਸ ਮੇਰੀ ਵੀ ਤਬੀਅਤ ਖਰਾਬ ਹੈ, ਮੈਨੂੰ ਵੀ ਨਾ ਗਰਮੀ ਜੀ, ਪਤਾ ਨਹੀਂ ਦਵਾਈਆਂ ਖਾਂਦੀਆਂ ਨਾ ਅਤੇ ਦੁੱਧ ਵਗੈਰਾ ਨਾਲ ਪਈ ਦਾ ਕੋਈ ਨਹੀਂ ਅਤੇ ਨਾ ਕੋਈ ਹੋਰ ਕੋਈ ਚੀਜ਼ ਅਤੇ ਬਹੁਤ ਗਰਮੀ ਮਹਿਸੂਸ ਹੁੰਦੀ ਹੈ। ਬਾਕੀ ਸਮਾਨ ਤਾਂ ਆਪਣਾ ਦੇਖੋ, ਛੋਟਾ ਜਿਹਾ ਘਰ ਹੈ ਅਤੇ ਸਮਾਨ ਜੋ ਹੈ ਨਾ ਸਾਰਾ ਵਿਖਰਿਆ ਪਿਆ। ਲੈ ਲਓ ਆ, ਲੈ ਲਓ ਬਸ ਸਹੀ ਹੋ ਗਿਆ। ਦੀ ਹਾਲਤ ਖਰਾਬ ਹੋ ਰਹੀ ਹੈ। ਤੂੰ ਤੈਨੂੰ ਕਿਹਾ ਸੀ ਨਾ ਕਿ ਬਾਅਦ ਵਿੱਚ ਨਾ ਲੈ, ਬਸ ਥੋੜ੍ਹੀ ਦੇਰ ਵਿੱਚ ਹੀ ਆ ਜਾਣੀਆਂ ਨੇ। ਬਾਕੀ ਬੇਟਾ ਬਜਰੀ ਵੀ ਆਪਾਂ ਅੰਦਰ ਹੋਣੇ ਹੀ ਕਰਨੀ ਹੈ, ਕਿਉਂਕਿ ਪਹਿਲੇ ਤਾਂ ਦੁਪਹਿਰ ਨੂੰ ਨਾ ਧੁੱਪ ਬਹੁਤ ਜ਼ਿਆਦਾ ਸੀ, ਬਹੁਤ ਹੀ ਗਰਮੀ ਸੀ ਅਤੇ ਬੱਚਿਆਂ ਨੇ ਨਾ ਸਮਾਨ ਉਤਾਰਿਆ ਨਾ ਰਕਸ਼ੇ ਤੋਂ ਅਤੇ ਉਸ ਤੋਂ ਬਾਅਦ ਉਹਨਾਂ ਦਾ ਦਿਲ ਨਹੀਂ ਕੀਤਾ ਕਿ ਅਸੀਂ ਕਰ ਲਈਏ। ਲੇਕਿਨ ਹੁਣ ਠੰਡਾ ਠੰਡਾ ਟਾਈਮ ਹੋ ਗਿਆ ਅਤੇ ਮੈਂ ਕਿਹਾ ਰੇਤਾ ਅਤੇ ਉਹ ਬਾਹਰ ਖਰਾਬ ਹੋ ਰਿਹਾ। ਬਾਕੀ ਕਿਉਂਕਿ ਜਦੋਂ ਨਾ ਇੰਨੀ ਮੁਸ਼ਕਲ ਨਾਲ ਚੀਜ਼ ਮਿਲੀ ਹੋਏ ਨਾ ਤਾਂ ਉਹਦੀ ਕਦਰ ਬਹੁਤ ਜ਼ਿਆਦਾ ਹੁੰਦੀ। ਸਾਨੂੰ ਬਹੁਤ ਮੁਸ਼ਕਲ ਨਾਲ ਇਹ ਵਾਸ਼ਰੂਮ ਦੀ ਮਸਲਨ ਕਿ ਸਮਾਨ ਮਿਲਿਆ ਅਤੇ ਸਾਨੂੰ ਮੁਸ਼ਕਲ
ਜੋ ਹੈ ਨਾ ਉਹ ਸਾਹਮਣੇ ਨਜ਼ਰ ਆਉਂਦੀ ਹੈ। ਇਸ ਵਜ੍ਹਾ ਤੋਂ ਸਾਡਾ ਦਿਲ ਕਰਦਾ ਕਿ ਅਸੀਂ ਕੋਈ ਚੀਜ਼ ਜ਼ਾਇਆ ਨਾ ਆਉਣ ਦੇਈਏ ਥੋੜ੍ਹੀ ਬਹੁਤ ਵੀ। ਬੇਟਾ ਬਸ ਕਰ, ਬਸ ਬਸ ਜੇ ਆਟਾ ਹੈ ਨਾ ਸਾਡਾ ਉਹ ਅਸੀਂ ਗੁੰਨਾ ਸ਼ੁਰੂ ਕਰ ਦਿੱਤਾ ਕਿਉਂਕਿ ਮੇਰੀ ਤਬੀਅਤ ਖਰਾਬ ਆਉਂਦੀ ਹੈ, ਫਿਰ ਸਿਸਟਰ ਵਗੈਰਾ ਨਹੀਂ ਕੰਮ ਕਰਨਾ ਸਾਰਾ। ਜਿਹੜਾ ਮਾੜਾ ਚੰਗਾ ਗੁੰਨਿਆ ਜਾਂਦਾ ਸੀ ਨਾ ਉਹ ਤੂੰ ਗੁੰਨ ਦੇ, ਕਿਉਂਕਿ ਮੇਰੀ ਤਾਂ ਪਤਾ ਨਹੀਂ ਤਬੀਅਤ ਹੀ ਨਹੀਂ ਸਹੀ ਹੁੰਦੀ ਕੋਈ। ਚਲੋ ਹੁੰਦਾ ਹੀ ਨਹੀਂ ਪਿਆ, ਅੱਲਾ ਖੈਰ ਕਰੇ। ਇੱਕ ਬੱਚੇ ਪਰੇਸ਼ਾਨੀ ਦਿੱਤੀ ਰੱਖਦੇ ਨੇ ਸਾਰਾ ਦਿਨ, ਬੱਚੇ ਪਰੇਸ਼ਾਨੀ ਦਿੰਦੇ ਨੇ, ਕੀ ਮੈਂ ਕਰਾਂ। ਰੈਡੀਮੇਡ ਵਗੈਰਾ ਲੈ ਲਵੀ, ਸਿਲਾਈ ਵਗੈਰਾ ਅੱਲਾ ਤਾਲਾ ਉਹਦੇ ਬੱਚਿਆਂ ਦੀ ਜ਼ਿੰਦਗੀ ਕਰੇ, ਅੱਲਾ ਤਾਲਾ ਉਹਨੂੰ ਇਸ ਤੋਂ ਜ਼ਿਆਦਾ ਦੇਵੇ ਜਿਹਨੇ ਸਮਾਨ ਤਾਂ ਲੈ ਕੇ ਦੇ ਦਿੱਤਾ ਸਾਰਾ ਸਭ ਕੁਛ। ਹਾਂਜੀ ਲੈ ਕੇ ਦੇ ਹੀ ਦਿੱਤਾ ਤੇ ਹੁਣ ਮੈਂ ਇਸ ਤੋਂ ਹੀ ਪਰੇਸ਼ਾਨ ਆ ਕਿ ਮਿਸਤਰੀ ਨੂੰ ਲਾਉਣਾ। ਬੇਸ਼ੱਕ ਕਜ਼ਨ ਵੀ ਹੈ ਲੇਕਿਨ ਇਹ ਕਿ ਉਹਨੇ ਦਿਹਾੜੀ ਤਾਂ ਲੈਣੀ ਵੀ ਹੈ ਨਾ, ਦਿਹਾੜੀ ਤਾਂ ਫਿਰ ਉਹਨੇ ਲੈਣੀ ਹੈ ਮਿਹਨਤ। ਹਾਂਜੀ ਤੇ ਉਹ ਇੰਤਜ਼ਾਮ ਕਿਵੇਂ ਕਰੀਏ। ਬਾਕੀ ਅੱਜ ਬੇਟਾ ਸਾਲਣ ਸੁਲਣ ਵੀ ਕੋਈ ਨਹੀਂ ਬਣਿਆ ਤੇ ਉਹ ਵੀ ਮਜਬੂਰੀ ਬਣੀ ਖੜੋਤੀ ਹੈ। ਇੱਕ ਤਾਂ ਗਰਮੀ ਬਹੁਤ ਹੈ, ਬੱਚੇ ਰੋਟੀ ਵਗੈਰਾ ਤਾਂ ਇਹਦੀ ਖਾਂਦੇ ਹੀ ਕੋਈ ਨਹੀਂ ਹੈ ਨਾ। ਲੱਸੀ ਬਣਾ ਲਓ ਬੇਟਾ, ਬਰਫ਼ ਵੀ ਕੋਈ ਨਹੀਂ, ਠੰਡਾ ਪਾਣੀ ਕੋਈ ਨਹੀਂ ਹੁੰਦਾ, ਕੀ ਬੰਦਾ ਕਰੇ। ਬੇਟਾ ਕੱਪੜੇ ਤੁਹਾਨੂੰ ਆਖਿਆ ਵੀ ਇਹਨਾਂ ਕੱਪੜਿਆਂ ਚੇਂਜ ਕਰ ਲਓ, ਮੰਮੀ ਕੀ ਕਰਾਂ ਦੇ ਨਾਲ ਲੈ ਜਾਣ। ਤੁਸੀਂ ਤਾਂ ਮੈਨੂੰ ਕਹਿਣ ਸੁਣਦੇ ਬੀਮਾਰ ਕਰ ਛੇ